बच्चे को मुझे चाहिए और कुछ नहीं चाहिए। हमारे बच्चे को कब दिला दीजिए बस। नहीं, हमसे लड़ाई करना नहीं, झगड़ा किसी से। बच्ची मिलना चाहिए बस। मुझे बच्चे मिल जाना चाहिए बस। कहीं से लड़की मिलना चाहिए। लड़की कहीं से ले आइए बस। मेरी बच्ची को दिलाओ सर, मेरी बच्ची को। ਇੱਕੋ ਪਰਿਵਾਰ ਦੀਆਂ ਦੋ ਬੱਚੀਆਂ ਹੋਈਆਂ ਲਾਪਤਾ। 16 ਦਿਨਾਂ ਤੋਂ ਪਰਿਵਾਰ ਖਾ ਰਿਹਾ ਦਰ ਦਰ ਦੀਆਂ ਠੋਕਰਾਂ ਤੇ ਦੂਸਰੀ ਦੀ ਉਮਰ 15 ਸਾਲ। 4 ਦਸੰਬਰ ਨੂੰ ਲਾਪਤਾ ਹੋਈਆਂ ਸੀ ਦੋਨੋਂ ਭੈਣਾਂ। ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਇਹ ਰੋਂਦੀ ਕੁਰਲਾਉਂਦੀ ਉਹ ਮਾਂ ਹੈ ਜਿਸ ਦੀਆਂ ਦੋਨੋਂ ਬੱਚੀਆਂ ਲਾਪਤਾ ਹੋ ਗਈਆਂ ਨੇ ਤੇ ਪਿਛਲੇ 16 ਦਿਨਾਂ ਤੋਂ ਆਪਣੀਆਂ ਧੀਆਂ ਨੂੰ ਲੱਭਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਹੁਣ ਇਹ ਬੇਵਸ ਨਜ਼ਰ ਆ ਰਹੀ ਹੈ। ਦੱਸ ਦੇ ਕਿ ਇਹਨਾਂ ਦੀਆਂ ਦੋ ਧੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 9 ਸਾਲ ਤੇ ਦੂਸਰੀ ਦੀ 15 ਸਾਲ ਹੈ, ਤੇ ਦੋਨੋਂ ਭੈਣਾਂ 4 ਦਸੰਬਰ ਨੂੰ ਲਾਪਤਾ ਹੋ ਗਈਆਂ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲੇ ਲਗਾਤਾਰ ਆਪਣੀਆਂ ਬੱਚੀਆਂ ਨੂੰ ਲੱਭ ਰਹੇ ਨੇ ਪਰ ਹਾਲੇ ਤੱਕ ਉਹਨਾਂ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਦੱਸ ਦੇ ਕਿ ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਇੱਕੋ ਪਰਿਵਾਰ ਦੀਆਂ ਦੋ ਧੀਆਂ ਲਾਪਤਾ ਹੋ ਗਈਆਂ ਨੇ, ਜਿਨ੍ਹਾਂ ਦੀ 16 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਰੋ ਰੋ ਕੇ ਆਪਣੀ ਧੀਆਂ ਬਾਰੇ ਜਾਣਕਾਰੀ ਪੁੱਛ ਰਿਹਾ ਕਿ ਜੇਕਰ ਕਿਸੇ ਨੂੰ ਪਤਾ ਹੈ ਤਾਂ ਉਹ ਦੱਸ ਦੇਣ, ਕਿਉਂਕਿ ਪਿਛਲੇ 16 ਦਿਨਾਂ ਤੋਂ ਇਹ ਆਪਣੀਆਂ ਬੱਚੀਆਂ ਨੂੰ ਲੱਭਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਪਰ ਹਾਲੇ ਤੱਕ ਇਹਨਾਂ ਦੀਆਂ ਬੱਚੀਆਂ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਮੇਰੀ ਬੱਚੀ ਗਾਇਬ ਹੋ ਗਈ ਸਰ, 4 ਤਾਰੀਖ ਕੋ ਸੁਬਹ 7:30 ਵਜੇ ਸਕੂਲ ਕੇ ਲਈ ਬੋਲੇ। 4 ਦਸੰਬਰ ਸਰ। ਕੰਪਲੇਨ ਕਬ ਕਰੀ ਆਪਨੇ? ਕੰਪਲੇਨ ਸ਼ਾਮ ਕੋ ਗਈ 4 ਤਾਰੀਖ ਕੋ, ਪਰ ਲਿਖਾ ਨਹੀਂ ਗਿਆ। ਅਮੇਲੇ ਕਾ ਜਬ ਫੋਨ ਆਇਆ ਤਬ 6 ਤਾਰੀਖ ਕੋ ਲਿਖਾ ਗਿਆ ਹੈ ਭਾਈ ਯਾਰ। ਕਿਆ ਕਹਾ ਹੈ ਪੁਲਿਸ ਨੇ ਅਭੀ ਆਪਕੋ? ਬੋਲਾ ਢੂੰਢ ਤੋ ਰਹਾ ਹੂੰ, ਵਹਾਂ ਜਾਓ ਤੋ ਡਾਂਟ ਕੇ ਬੋਲਤਾ ਸਾਈਡ ਚਲੋ ਉਧਰ ਚਲੋ। ਜੀ ਮੇਰਾ ਨਾਮ ਨੀਤੂ ਸ਼ੁਕਲਾ ਹੈ। ਜੀ ਉਹ ਦੋਨੋਂ ਹਮਾਰੀ ਭਾਂਜੀਆਂ ਹੈ, ਹਮਾਰੇ ਦੋਨੋਂ ਬੱਚੇ ਹਮੇ ਮਿਲ ਜਾਣੇ ਚਾਹੀਏ ਬਸ। ਹਮੇ ਨਾ ਕਿਸੀ ਸੇ ਲੜਾਈ ਹੈ ਨਾ ਹਮੇ ਝਗੜਾ, ਹਮਾਰੇ ਬੱਚੇ ਦੀ ਲਾਜ ਦੀ ਹਮੇ ਕੁਛ ਨਹੀਂ ਚਾਹੀਏ। ਕਿਆ ਕਹੇਂਗੇ ਪੁਲਿਸ ਵਾਲੋਂ ਕੋ ਆਪ? ਪੁਲਿਸ ਵਾਲੇ ਕੇ ਪਾਸ ਜਾਤੇ ਹੈ ਤੋ ਬੋਲਤੇ ਆਪ ਆ ਕੇ ਹਮਾਰਾ ਟਾਈਮ ਖਰਾਬ ਕਰਤੇ ਹੋ, ਜਬ ਆਪ ਆ ਕੇ ਯਹਾਂ ਬੈਠੇ ਰਹੋਗੇ ਤੋ ਹਮ ਆਗੇ ਕਿਆ ਕਰੇਂਗੇ।